ਗੱਲ ਕੀਤਾ ਹੁਣ ਅਸਲ ਕੀ ਗੱਲ ਹੈ ਕਿ ਦਸਮ ਗ੍ਰੰਥ ਦੀ ਕਾਢ ਇੱਕ ਫਰੰਡੀ ਸਾਜਿਸ਼ ਹੈ ਇਹਨਾਂ ਦੀਆਂ ਅੱਗੇ ਚੱਲ ਕੇ ਤੁਹਾਨੂੰ ਚਾਰ ਪੰਜ ਹੋਰ ਹੱਕ ਲਿਖਤਾਂ ਦਾ ਵੀ ਵੇਰਵਾ ਦੇਵਾਂਗੇ ਇਹਨਾਂ ਨੇ ਸਭ ਤੋਂ ਪਹਿਲਾਂ 1810 ਦੇ ਵਿੱਚ ਇੱਕ ਪੁਸਤਕ ਸਕੈਚਸ ਆਫ ਸਿੱਖ ਹਿਸਟਰੀ ਲਿਖੀ ਹੈ ਉਹਦੇ ਵਿੱਚ ਇਹ ਜ਼ਿਕਰ ਕਰਦੇ ਹੈ ਤੇ ਉਸ ਵੇਲੇ ਕਲਕੱਤੇ ਦੇ ਵਿੱਚ ਜਿਹੜਾ ਕੋਲ ਬਰੁੱਕ ਬ੍ਰਿਟਿਸ਼ ਐਡਮਿਨਿਸਟ੍ਰੇਟਰ ਸੀਗਾ ਇਹ ਚਾਰਲਸ ਵਿਲਕਨਸਨਸ ਬ੍ਰਿਟਿਸ਼ ਲਾਇਬ੍ਰੇਰੀ ਦਾ ਇੰਚਾਰਜ ਸੀ ਇਹਨਾਂ ਨੇ ਜੌਨ ਮੈਲਕਮ ਤੋਂ ਕੋਈ ਖਰੜਾ ਲੈ ਕੇ ਉਹਦਾ ਇਹ ਕਿਹਾ ਜਾਂਦਾ ਵੀ 1783 ਦੇ ਵਿੱਚ ਇਸ ਦਾ ਜਿਹੜਾ ਅੱਧਾ ਰੂਪ ਸੀ 500 ਜਾਂ 600 ਪੱਤਰੇ ਲਿਖੇ ਹੋਏ ਸੀ ਉਹ ਵੀਰ ਨੂੰ ਆਧਾਰ ਬਣਾ ਕੇ ਫਿਰ ਇਹਨੂੰ ਹੋਰ ਵਧਾਇਆ ਗਿਆ ਬੇਸਿਕਲੀ ਗੋਰਿਆਂ ਨੇ ਇਹਨੂੰ ਮਤਲਬ ਐਡਾ ਵੱਡਾ ਗ੍ਰੰਥ ਇੱਕ ਦਿਨ 'ਚ ਨਹੀਂ ਲਿਖਿਆ ਜਾਂਦਾ ਜਿਹੜੇ ਇਹ ਦਸਮ ਗ੍ਰੰਥ ਦੇ ਪੱਖੀ ਉਹ ਕਹਿੰਦੇ ਇਹ ਗੁਰੂ ਸਾਹਿਬਾਨ ਤਾਂ ਇੱਕ ਦਿਨ 'ਚ ਬੈਠ ਕੇ ਲਿਖ ਸਕਦੇ ਸੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਲਿਖਣ ਦਾ ਇਤਿਹਾਸ ਹੈ ਬਾਬਾ ਫਰੀਦ 12ਵੀਂ ਸਦੀ 'ਚ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ 15ਵੀਂ ਸਦੀ 'ਚ ਹੁੰਦੇ ਆ 16ਵੀਂ ਸਦੀ 'ਚ ਜਾ ਕੇ ਕੰਪਲੀਟ ਹੁੰਦਾ ਇਹ 450 ਸਾਲ ਦਾ ਲਿਖਣ ਪੀਰੀਅਡ ਹੈ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਹੋਣ ਵਾਸਤੇ ਸੋ ਇਹ ਇੱਦਾਂ ਦੇ ਗ੍ਰੰਥ ਚਾਹੇ ਕੋਈ ਹਵਾ ਦੀ ਤੇਜ਼ ਹਵਾ ਜਿੰਨੀ ਤੇਜ਼ ਲਿਖਤ ਵੀ ਲਿਖਦਾ ਹੋਵੇ ਤਾਂ ਵੀ ਨਹੀਂ ਲਿਖਿਆ ਜਾ ਸਕਦਾ ਇਹ ਗੱਲ ਇਹਨਾਂ ਨੇ ਇਸ ਕਰਕੇ ਹੀ ਬਣਾਈ ਹੈ ਕਿਉਂਕਿ ਗੁਰੂ ਸਾਹਿਬਾਨ ਦਾ ਸਾਰੇ ਦਾ ਸਾਰਾ ਜੀਵਨ ਜੰਗਾਂ ਯੁੱਧਾਂ ਦੇ ਨਾਲ ਭਰਪੂਰ ਹੈ ਉਹਨਾਂ ਕੋਲ 2-4 ਸਾਲ ਵੀ ਕਿਧਰੇ ਇਕਾਂਤ 'ਚ ਬੈਠ ਕੇ ਇਹ ਇੰਨੇ ਵੱਡੇ ਗ੍ਰੰਥ ਨੂੰ ਲਿਖਣ ਵਾਸਤੇ ਨਹੀਂ ਹੈ ਜਦੋਂ ਕਿ ਇੱਡੇ ਵੱਡੇ ਗ੍ਰੰਥ ਨੂੰ ਲਿਖਣ ਵਾਸਤੇ ਬਹੁਤ ਜ਼ਿਆਦਾ ਸਮਾਂ ਚਾਹੀਦਾ ਹੁੰਦਾ ਹੈ ਸੋ ਇਹ ਅੰਗਰੇਜ਼ਾਂ ਨੇ ਜਿਹੜਾ ਸਕੈਚਸ ਆਫ ਸਿੱਖ ਹਿਸਟਰੀ 1810 ਤੇ 1812 ਦਾ ਇਹਦਾ ਲਿਖਣ ਦਾ ਸਮਾਂ ਹੈ ਇਹ ਆਪਣੀ ਜੌਨ ਮੈਲਕਮ ਦੀ ਲਿਖੀ ਹੋਈ ਪੁਸਤਕ ਹੈ ਉਹਦੇ 'ਚ ਇਹ ਵਰਤਿਆ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਆਪਣਾ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਹੱਥ ਲਿਖ ਕਰੜਾ ਪਿਆ ਜਿਹਦੇ ਉੱਪਰ ਹਿੰਦੀ 'ਚ ਲਿਖਿਆ ਹੈ ਨਾਨਕ ਹਿੰਦੀ ਕਾ ਠੀਕ ਹੈ ਥੱਲੇ ਕੱਟ ਕੇ ਲਿਖਿਆ ਹੋਇਆ ਹੈ ਆਪਣਾ ਗੋਬਿੰਦ ਦਸਮ ਨਹੀਂ ਪੰਜਾਬ ਗੁਰਮੁਖੀ ਦਸਮ ਗ੍ਰੰਥ ਉੱਥੇ ਸਿਰਫ ਦਸਮ ਗ੍ਰੰਥ ਆਉਂਦਾ ਠੀਕ ਹੈ ਇਹ ਜਿਵੇਂ ਅੱਜ ਇਹਦਾ ਨਾਂ ਲਿਖਿਆ ਮਿਲਦਾ ਹੈ ਦਸਮ ਸ੍ਰੀ ਗੁਰੂ ਗ੍ਰੰਥ ਇਹ ਆ ਪਿਛਲੀ ਸਦੀ ਦੇ ਐਂਡ ਦੀ 20ਵੀਂ ਸਦੀ ਦੇ ਐਂਡ ਦੀ ਗੱਲ ਹੈ ਆ ਮੇਰੇ ਕੋਲ ਹੈਗੀ ਆ ਕੋਈ 15-20 ਸਾਲ ਪੁਰਾਣੀ ਬੀੜ ਹੈ ਜੀ ਆ ਇਹਦਾ ਨਾਂ ਹੈ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਅੱਜ ਇਹਦਾ ਨਾਂ ਦਸਮ ਉੱਪਰ ਲਿਆ ਕੇ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਦਿੱਤਾ ਗਿਆ ਜਦੋਂ ਕਿ ਹੋਰ 5-10 ਸਾਲਾਂ 'ਚ ਦਸਮ ਉੜਾ ਦੇਣਗੇ ਇਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਣ ਜਾਣਗੇ ਜੇ ਖਾਲਸਾ ਪੰਥ ਨਾ ਜਾਗਿਆ ਤਾਂ ਸੋ ਇਹਦੀ ਜਿਹੜੀ ਇੱਕ ਸਾਜਿਸ਼ ਹੈਗੀ ਹੈ ਉਹ ਸਾਫ਼ ਇਸ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਇਹ ਇਹਨਾਂ ਨੇ 1780 'ਚ ਲਿਖਿਆ ਹਾਂ ਮੇਰੇ ਕੋਲ ਹੱਥ 'ਚ ਆ ਗਿਆ ਕਿ 158 ਤੇ 69 ਪੱਤਰਿਆਂ ਦੇ ਵਿਚਕਾਰ 2 ਜਾਂ 3 ਇੰਚ ਲੰਮੀ ਕੱਤ ਰੱਖੀ ਜਿਸ ਦੇ ਪਾਸੇ ਲਿਖਿਆ ਹੈ 1840 ਮਿਤੀ ਪੂਸ਼ਪਦੀ ਪੂਸ਼ਪਦੀ ਦਾ ਮਤਲਬ ਹੁੰਦਾ ਪੋਹ ਅਤੇ ਜਿਹੜੀ ਪੂਸ਼ਪਦੀ ਜਾਂ ਲਫ਼ਜ਼ ਲਿਖਣ ਦਾ ਮਤਲਬ ਇਹ ਹੈ ਕਿ ਇਸ ਗ੍ਰੰਥ ਨੂੰ ਜਿਸ ਨੂੰ ਪਹਿਲਾਂ ਨਾਨਕ ਹਿੰਦੀ ਕਾਵਿ ਲਿਖਿਆ ਆਪਾਂ ਨਾਂ ਲਿਆ ਹੈ ਉਸ ਦਾ ਲਿਖਾਰੀ ਪੰਜਾਬੀ ਭਾਸ਼ੀ ਨਹੀਂ ਹੈ ਪੰਜਾਬੀ ਭਾਸ਼ੀ ਦਾ ਮਤਲਬ ਉਹ ਪੰਜਾਬੀ ਭਾਸ਼ਾ ਲਿਖਣ ਵਾਲਾ ਨਹੀਂ ਹੈ ਕਿਉਂਕਿ ਉਸ ਨੇ ਇਸ ਦੇ ਵਿੱਚ ਜਿਹੜੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਦੁਰਗਾ ਵਾਰ ਵਾਰ ਦੁਰਗਾ ਕੀ ਜਾਂ ਜਿਹਨੂੰ ਅੱਜ ਅਸੀਂ ਆਪਣਾ ਵਾਰ ਸ਼੍ਰੀ ਭਗੌਤੀ ਜੀ ਕੀ ਕਹਿੰਦੇ ਇਹਦਾ ਜਦੋਂ ਪਹਿਲੀ ਵਾਰ ਉਹ ਆਪਣਾ ਉਬਾਰਾ ਕਰਦਾ ਠੀਕ ਤੇ ਉਹਦੇ ਵਿੱਚ ਕਟਿੰਗ ਹੜਤਾਲ ਬਹੁਤ ਫੇਰੀ ਇਹਨੂੰ ਧਾਰਮਿਕ ਲੈਂਗੁਏਜ ਕਹਿੰਦੇ ਬਹੁਤ ਹੜਤਾਲ ਫੇਰੀ ਹੜਤਾਲ ਦਾ ਮਤਲਬ ਕਟਿੰਗ ਕੀਤੀ ਹੋਈ ਹੈ ਜੇ ਕੋਈ ਪੰਜਾਬੀ ਭਾਸ਼ੀ ਹੁੰਦਾ ਤੇ ਉਹ ਫਿਰ ਇਹ ਗੱਲ ਇੰਨੀ ਜ਼ਿਆਦਾ ਨਾ ਕਰਦਾ ਕਿ ਮੈਂ ਵਾਰ ਵਾਰ ਹੜਤਾਲ ਫੇਰਾਂ ਇਹ ਇੱਕ ਧਰਮ ਗ੍ਰੰਥ ਬਣਨ ਜਾ ਰਿਹਾ ਹੈ ਇਹਨੂੰ ਸੰਨ 1976 ਵਿੱਚ ਡਾਕਟਰ ਸ਼ੈਕਲ ਵੱਲੋਂ ਲਿਖੀ ਗਈ ਪੁਸਤਕ ਵਿੱਚ ਕੈਟਾਲੋਗ ਆਫ ਦਾ ਪੰਜਾਬੀ ਐਂਡ ਸਿੰਧੀ ਮੈਨੂਸਕ੍ਰਿਪਟ ਇਨ ਦਾ ਇੰਡੀਆ ਆਫ ਲਾਇਬ੍ਰੇਰੀ 'ਚ ਲਿਖਿਆ ਗਿਆ ਇਸ ਗ੍ਰੰਥ ਦੀ ਸ਼ੈਲੀ ਤੋਂ ਇਹ ਵੀ ਪਤਾ ਲੱਗਦਾ ਉਹ ਇਹ ਕੀ ਲਿਖਦੇ ਆ ਡਾਕਟਰ ਸ਼ੈਕਲ ਕਿ 18ਵੀਂ ਸਦੀ ਦੀ ਕਿਰਤ ਜਾਪਦੀ ਹੈ ਸੋ ਆਪਣੀ ਆਪਣੀ ਉਹੀ ਗੱਲ ਕਿ ਜਦੋਂ ਗੋਰਿਆਂ ਨੇ ਕਲਕੱਤੇ ਦੇ ਵਿੱਚ ਆਪਣੇ ਸਾਰੇ ਬਾਕੀ ਦੇ ਹਿੰਦੁਸਤਾਨ ਨੂੰ ਜਿੱਤ ਕੇ ਪੈਰ ਜਮਾ ਲਏ ਹੈ ਉੱਥੋਂ ਇਹਨਾਂ ਨੇ ਇਹ ਸੋਚਿਆ ਕਿ ਕਿਸ ਤਰ੍ਹਾਂ ਆਪਾਂ ਸਿੱਖਾਂ ਨੂੰ ਭੰਬੜ ਭੂਸੇ 'ਚ ਪਾ ਕੇ ਇਸ ਕੌਮ ਨੂੰ ਖਤਮ ਕਰਨਾ ਹੈ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਸ ਨੂੰ ਤੁਸੀਂ ਮਾਰ ਕੇ ਖਤਮ ਨਹੀਂ ਕਰ ਸਕਦੇ ਸੈਕੰਡ ਵਰਲਡ ਵਾਰ ਸਾਡੇ ਸਾਹਮਣੇ ਹੈ ਹਿਟਲਰ ਨੇ ਯਹੂਦੀਆਂ ਨੂੰ ਮਾਰਨ ਦੀ ਗੱਲ ਕੀਤੀ ਸੀ ਯਹੂਦੀ ਨਹੀਂ ਖਤਮ ਹੋਏ ਡਬਲ ਨੇ ਉਹ ਅੱਜ ਡਬਲ ਹੈ ਸਿੱਖਾਂ ਨੂੰ ਮਾਰਨ ਦੀ ਉਹਨਾਂ ਨੇ ਇਸ ਤਰ੍ਹਾਂ ਤਰਤੀਬ ਨਹੀਂ ਸੀ ਬਣਾਈ ਉਹਨਾਂ ਨੇ ਇਹਨਾਂ ਦਾ ਇਤਿਹਾਸ ਬਦਲ ਕੇ ਇਹਨਾਂ ਨੂੰ ਮਾਰਨ ਦੀ ਸਕੀਮ ਬਣਾਈ ਸੀ ਤੇ ਅੱਜ ਸਿੱਖ 2% ਵੀ ਜਿਉਂਦੇ ਨਹੀਂ ਜਿਹੜੇ ਜਾਗਦੇ ਹੈ ਉਹ ਅੱਖਾਂ ਵਿੱਚ ਵਾਲੇ ਸਿੱਖ ਹੈਗੇ ਆ ਮੈਂ ਉਹਨਾਂ ਨੂੰ ਜਾਗਦੇ ਸਿੱਖ ਨਹੀਂ ਮੰਨਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ
ਸੋ ਜੀਵ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ, ਜਿਹੜਾ ਸੱਚ ਨਾਲ ਜੁੜਿਆ ਉਹਨੂੰ ਬਾਬਾ ਨਾਨਕ ਕਹਿੰਦੇ ਆ ਕਿ ਤੂੰ ਜਾਗਦਾ ਤੂੰ ਜਿਉਣਾ, ਬਾਕੀ ਮਰੇ ਹੋਏ ਜਿਹੜੇ ਝੂਠ ਨੂੰ ਜੱਫੀ ਪਾ ਕੇ ਬੈਠੇ ਹੋਏ ਆ ਉਹ ਮਰੇ ਹੋਏ ਆ। ਇਸ ਕਰਕੇ ਖਾਲਸਾ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਜਾਗੋ ਜਾਗੋ ਤੇ ਜਾ ਕੇ ਸੱਚ ਨਾਲ ਜੁੜੋ। ਆਪ ਦਸਮ ਗ੍ਰੰਥ ਦੇ ਬਾਰੇ, ਦਸਮ ਗ੍ਰੰਥ ਦੀਆਂ ਬੇਸ਼ੱਕ ਕਿੰਨੀਆਂ ਮਰਜ਼ੀ ਤੁਹਾਨੂੰ ਪੁਸਤਕਾਂ ਖਰੀਦੀਆਂ ਪੈਣ, ਓਰੀਜਨਲ ਦੇਖ ਕੇ ਪੜ੍ਹੋ। ਇਹਦੇ 580 ਪੰਨੇ ਜਿਹੜੇ ਚਰਿੱਤਰ ਉਪਖਿਆਨ ਦੇ ਨਾਲ ਕਾਲੇ ਕੀਤੇ ਹੋਏ ਆ ਉਹ ਕੋਈ ਵੀ ਪਾਠਕ ਆਪਣੇ ਘਰੇ ਬੈਠ ਕੇ ਨਹੀਂ ਪੜ੍ਹ ਸਕਦਾ। ਜੇ ਕੋਈ ਉਹਨਾਂ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਪੜ੍ਹਨ ਵਾਲੀਆਂ ਗੱਲਾਂ ਹੈ ਤਾਂ ਮੈਂ ਉਹ ਤੁਹਾਨੂੰ ਦੱਸਦਾ ਕਿਹੜੀਆਂ ਕਿਹੜੀਆਂ। ਉਹ ਸੱਸੀ ਪੁੰਨੂ ਦਾ ਕਿੱਸਾ ਹੈ, ਹੀਰ ਰਾਂਝੇ ਦਾ ਕਿੱਸਾ ਹੈ, ਲੇਲਾ ਮਜਨੂੰ ਦਾ ਕਿੱਸਾ ਹੈ, ਇੱਕ ਜੱਟ ਨੂੰ ਜੱਟੀ ਮਾਰਨ ਦਾ ਤਰੀਕਾ ਦੱਸਿਆ ਹੋਇਆ, ਚਰਿੱਤਰ ਨੰਬਰ ਸ਼ਾਇਦ 40 ਹੈ। ਸੋ ਇਹਦਾ ਆਪਾਂ ਅੱਗੇ ਚੱਲ ਕੇ ਚਰਿੱਤਰਾਂ ਬਾਰੇ ਗੱਲਾਂ ਕਰਾਂਗੇ। ਜਿੱਥੇ ਕਿਤੇ ਕੋਈ ਬੰਦਾ ਇਹਨੂੰ ਆਰਾਮ ਨਾਲ ਬੈਠ ਕੇ ਆਪਣੇ ਪਰਿਵਾਰ 'ਚ ਪੜ੍ਹ ਸਕਦਾ ਉਹ ਆਮ ਲੇਲਾ ਮਜਨੂੰ ਦੀ ਕਹਾਣੀ ਹੈ। ਉਹਨਾਂ 'ਚੋਂ ਸਿੱਖਿਆ ਸਾਨੂੰ ਕੀ ਮਿਲਣੀ ਹੈ ਉਹ ਟਾਈਮ ਵੇਸਟ ਕਰਨ ਵਾਲੀ ਗੱਲ ਹੈ। ਸੋ ਇਹ ਕਰਦੇ ਕਰਾਉਂਦੇ ਅਸੀਂ ਇਸ ਰਿਜ਼ਲਟ 'ਤੇ ਪਹੁੰਚਦੇ ਹਾਂ ਕਿ ਇਹ ਇਹਦਾ ਜਿਹੜਾ ਆਪਣਾ ਲਿਖਣ ਦਾ ਸਮਾਂ ਹੈ ਉਹ ਗੋਰਿਆਂ ਦੇ ਸਮੇਂ ਦੇ ਵਿੱਚ ਨੀਅਤ ਆਪਣਾ ਅਸੀਂ ਆਸਾਨੀ ਨਾਲ ਕਰ ਸਕਦੇ ਹਾਂ। ਗੋਰੇ ਆਪ ਲਿਖਦੇ ਆ ਕਿ ਇਹਦੇ ਲਿਖਣ ਦੀ ਸਦੀ 18ਵੀਂ ਫਿਕਸ ਕੀਤੀ ਜਾ ਸਕਦੀ ਹੈ। ਇਹ 1783 ਦੇ ਵਿੱਚ ਇਹਦਾ ਪਹਿਲਾ ਅੱਧ ਲਿਖਿਆ ਗਿਆ। ਸੋ ਇਹਦੇ ਦਸਮ ਗ੍ਰੰਥ ਦੇ ਜਨਮ ਬਾਰੇ ਤਾਂ ਮੇਰਾ ਖਿਆਲ ਹੈ ਪ੍ਰਭਦੀਪ ਸਿੰਘ ਜੀ ਇੰਨਾ ਹੀ ਕਹਿਣਾ ਕਾਫੀ ਹੈ, ਬਾਕੀ ਆਪਾਂ ਉਹ ਅੱਗੇ ਜਾ ਕੇ ਗੱਲ ਕਰ। ਮੇਰਾ ਜੋ ਦੂਸਰਾ ਕੁਐਸਚਨ ਹੈ ਆਪਨੇ ਕੁਐਸਚਨ ਪੈਦਾ ਕਰ ਦਿੱਤਾ ਹੈ ਕਿ ਚਰਿੱਤਰੋ ਬਖਿਆਲ ਦੀ ਆਪ ਜੀ ਨੇ ਗੱਲ ਕੀਤੀ ਹੈ ਜੀ, ਜਿਹਦੇ ਵਿੱਚ ਇਸਤਰੀ ਜਾਤੀ ਨੂੰ ਜੀ ਇੰਨਾ ਨੀਵਾਂ ਦਿਖਾਇਆ ਗਿਆ ਹੈ, ਇੰਨਾ ਨੀਵਾਂ ਦਿਖਾਇਆ ਗਿਆ ਹੈ ਕਿ ਜਿਸ ਨੂੰ ਬਾਬੇ ਨਾਨਕ ਨੇ ਕਿਸੇ ਵੇਲੇ ਗਰਾਊਂਡ ਤੋਂ ਚੱਕ ਕੇ ਅਤੇ ਅਸਮਾਨ 'ਤੇ ਬਿਠਾਇਆ ਸੀਗਾ ਜੀ। ਜੇ ਆਪਾਂ ਤੁਲਸੀਦਾਸ ਵਰਗਿਆਂ ਦੀ ਗੱਲ ਕਰੀਏ ਤਾਂ ਉਹ ਵੀ ਗੱਲਾਂ ਕਰਦੇ ਨੇ ਵੀ ਪਸ਼ੂ ਢੋਲ ਸ਼ੂਦਰ ਅਤੇ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ। ਇੱਕ ਹੋਰ ਬ੍ਰਾਹਮਣ ਕਵੀ ਪੜ੍ਹਿਆ ਮੈਂ, ਉਹ ਕਹਿੰਦਾ ਪੂਤ ਕਪੂਤ ਕੁਲੱਛਣ ਨਾਲ ਲੜਾਕ ਪਰੋਸ ਲਜਾਏ ਨਾ ਸਾਰ, ਮਤਲਬ ਉਹਦੇ ਵਿੱਚ ਵੀ ਕੁਲੱਛਣ ਦੱਸਿਆ ਗਿਆ ਨਾਰ ਨੂੰ। ਅਤੇ ਹੁਣ ਗੋਰਖੇ ਨੂੰ ਵਾਘਣ ਕਹਿੰਦੇ ਜੀ, ਆੜਦਾਮ ਵਾਘਣ ਲੈ ਆਇਆ। ਸੋ ਇਸ ਕਰਕੇ ਹੁਣ ਇਹ ਕੁਐਸਚਨ ਜਿਹੜਾ ਮੇਰਾ ਤੁਹਾਡੇ ਗੜੀ ਇਹੋ ਹੀ ਹੈ ਵੀ ਇਸਤਰੀ ਜਾਤੀ ਦਾ ਦਰਜਾ, ਇੱਕ ਬੰਨੇ ਬਾਬਾ ਨਾਨਕ ਕਹਿ ਰਿਹਾ ਵੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਜ਼ਾਨ, ਅਤੇ ਦੂਸਰੇ ਬੰਨੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਸਾਡਾ ਦਸਵਾਂ ਗੁਰੂ ਜੋ ਕਿ ਬਹੁਤ ਕ੍ਰਾਂਤੀਕਾਰੀ ਸਾਡਾ ਗੁਰੂ ਸੀ ਜਿਸਨੇ ਇੰਨੀ ਕ੍ਰਾਂਤੀ ਲਿਆਂਦੀ, ਉਹ ਕਿਵੇਂ ਇਸਤਰੀ ਜਾਤੀ ਦਾ ਦਰਜਾ ਨੀਵਾਂ ਵਿਖਾ ਸਕਦੇ ਨੇ। ਅਤੇ ਸਾਨੂੰ ਇਹਦੇ ਵਾਸਤੇ ਇਹਦੇ ਇਸ ਟੋਪਿਕ ਦੇ ਉੱਤੇ ਥੋੜ੍ਹਾ ਚਾਨਣਾ ਪਾਓ ਵੀ ਇਸ ਵਿੱਚ ਇਸਤਰੀ ਜਾਤੀ ਦਾ ਦਰਜਾ ਕਿਹੜੇ ਕਿਹੜੇ ਪੰਨੇ 'ਤੇ ਅਤੇ ਕਿੱਥੇ ਕਿੱਥੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹ ਕਿਹੜੇ ਕਿਹੜੇ ਮਤਲਬ ਇਹਦੇ ਵਿੱਚ ਸਲੋਕ ਨੇ। ਗੁਰੂ ਪਿਆਰੇ ਸਰੋਤਾ ਜਨੋ, ਫਿਲਮ ਦੇ ਵਿੱਚ ਤੁਹਾਨੂੰ ਅਸੀਂ ਪ੍ਰੋਜੈਕਟਰ ਦੇ ਨਾਲ ਪ੍ਰੋਜੈਕਟ ਕਰਕੇ ਇਹ ਦਿਖਾ ਰਹੇ ਹਾਂ ਕਿ ਅਸਲੀਅਤ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਕੀ ਲਿਖਿਆ ਹੋਇਆ। ਅਸੀਂ ਪੰਨੇ ਵੀ ਦਿੱਤੇ ਹੈ ਆਪ ਜੂ ਦੋਹਰਾ ਪੰਨਾ 828 ਦਾ ਮਤਲਬ ਹੈ ਇਹ ਦਸਮ ਗ੍ਰੰਥ ਦੀ ਛਾਪੇ ਵਾਲੀ ਬੀੜ ਦਾ ਪੰਨਾ 828 ਹੈ। ਠੀਕ ਹੈ, ਵੈਸੇ ਤਾਂ ਅਸੀਂ ਇਹ ਗਿਣਤੀ ਮਿਣਤੀ ਕਰਕੇ ਵੇਖਿਆ ਵੀ ਇਹ ਜਿਹੜਾ ਅੱਧ ਤੋਂ ਜ਼ਿਆਦਾ ਪੰਨਾ ਹੈ ਇਹ ਇਸਤਰੀ ਦੇ ਨਾਲ ਇਸਤਰੀ ਦੀ ਨਿੰਦਿਆ ਦੇ ਨਾਲ ਭਰਿਆ ਹੋਇਆ ਹੈ। ਫਿਰ ਵੀ ਆਪਾਂ ਕੁਛ ਕੁਛ ਪੰਨੇ ਇਹਦੇ ਖਾਸ ਖਾਸ ਗੱਲਾਂ ਨੋਟ ਕਰਕੇ ਵਿਖਾ ਸਕਦੇ। ਸਾਰਾ ਦਸਮ ਗ੍ਰੰਥ ਅੱਜ ਦੀ ਅੱਜ ਪਰੋਲਾ ਪਰਾਲੀ ਨਹੀਂ ਕੀਤੀ ਜਾ ਸਕਦੀ। ਤ੍ਰਿਆ ਨਾ ਦੀਜੈ ਭੇਦ ਤਾਹੀਂ ਲੀਜੈ, ਤਾਹੀਂ ਭੇਦ ਲੀਜੈ ਸਦਾ, ਕਹਿ ਸਿਮਰਤ ਔਰ ਵੇਦ ਓਕ ਸਾਰੂ ਯੋਗ ਕਹਿਤ। ਇਹ ਤੁਸੀਂ ਇੱਥ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਬੰਧੇ ਤ੍ਰਿਸਦਮੋ ਚਰਿੱਤਰ 13ਵਾਂ ਚਰਿੱਤਰ ਸਮਾਪਤ ਸੱਤ ਸੁਭਮ ਸੱਤ। ਇਹਦਾ ਸੱਤ ਸੁਭਮ ਸੱਤ ਹੈ ਇਹ ਮੈਨੂੰ ਇੱਕ ਹੋਰ ਸ਼ੰਕਾ।